ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਭ੍ਰਿਸ਼ਟਾਚਾਰ ਦੇ ਲੱਗ ਰਹੇ ਇਲਜ਼ਾਮਾਂ ਦਾ ਸਿਲਸਿਲਾ ਥੰਮਦਾ ਨਜ਼ਰ ਨਹੀਂ ਆ ਰਿਹਾ ਅਤੇ ਹੁਣ ਦਿੱਲੀ ਕਮੇਟੀ ਦੇ ਮੀਡੀਆ ਸਲਾਹਕਾਰ ਪਰਮਿੰਦਰਪਾਲ ਸਿੰਘ ਤੇ ਗੰਭੀਰ ਇਲਜ਼ਾਮ ਲੱਗਣ ਤੋਂ ਬਾਅਦ ਉਸ ਨੂੰ ਕਾਰਨ ਦੱਸੋ ਨੋਟਿਸ ਜਾਰੀ ਹੋਇਆ ਅਤੇ ਹੁਣ ਉਸ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ। ਦਰਅਸਲ ਇਹ ਕਾਰਨ ਦੱਸੋ ਨੋਟਿਸ ਉਸ ਨੂੰ ਫਰਜ਼ੀ ਬਿੱਲ ਮਾਮਲੇ ਦੇ ਵਿੱਚ ਜਾਰੀ ਹੋਇਆ ਸੀ ਅਤੇ ਜਿਸ ਤੋਂ ਬਾਅਦ ਕਮੇਟੀ ਦੇ ਮੌਜੂਦਾ ਕਾਰਜਕਾਰੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਉਸ ਨੂੰ ਕਮੇਟੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ। ਪਰਮਿੰਦਰਪਾਲ ਸਿੰਘ ਨੂੰ ਇਹ ਕਾਰਨ ਦੱਸੋ ਨੋਟਿਸ ਜਨਰਲ ਮੈਨੇਜਰ ਧਰਮਿੰਦਰ ਕੁਮਾਰ ਦੇ ਵੱਲੋਂ ਜਾਰੀ ਕੀਤੇ ਗਏ ਸਨ। ਦਰਅਸਲ ਉਸ ਤੇ ਫਰਜ਼ੀ ਬਿੱਲ ਜਾਰੀ ਕਰਨ ਦੇ ਇਲਜ਼ਾਮ ਲੱਗੇ ਸਨ ਅਤੇ ਕਮੇਟੀ ਦੀ 2 ਮੈਂਬਰੀ ਕਮੇਟੀ ਦੇ ਵੱਲੋਂ ਇਸ ਦੀ ਜਾਂਚ ਕੀਤੀ ਗਈ, ਜਿਸ ਵਿੱਚ ਪਾਇਆ ਗਿਆ ਕਿ ਫਰਜ਼ੀ ਬਿੱਲਾਂ ਦੇ ਉੱਤੇ ਸਾਈਨ ਪਰਮਿੰਦਰ ਸਿੰਘ ਦੇ ਹੀ ਸਨ ਅਤੇ ਕਾਰਨ ਦੱਸੋ ਨੋਟਿਸ ਦੇ ਜਵਾਬ ਵਿੱਚ ਪਰਮਿੰਦਰ ਸਿੰਘ ਨੇ ਦੱਸਿਆ ਹੈ ਕਿ 26,500 ਦੇ 8 ਬਿੱਲ ਉਸਨੇ ਸਾਈਨ ਕੀਤੇ ਸਨ 30 ਸਤੰਬਰ ਨੂੰ ਮਹਾਜਨ ਕਮਿਊਨੀਕੇਸ਼ਨ ਦੇ ਨਾਂ ਤੇ। ਤਾਂ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਫਰਜ਼ੀ ਬਿੱਲ ਦੇ ਮਾਮਲਿਆਂ ਦੇ ਵਿੱਚ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਸ਼ਿਕੰਜੇ ਵਿੱਚ ਆਏ ਹੋਏ ਨੇ ਅਤੇ ਫਿਲਹਾਲ ਗ੍ਰਿਫਤਾਰੀ ਦੀ ਤਲਵਾਰ ਉਹਨਾਂ ਤੇ ਲਟਕ ਰਹੀ ਹੈ। ਤਾਂ ਦੱਸ ਦਈਏ ਕਿ ਇਹ ਪਰਮਿੰਦਰ ਸਿੰਘ ਹੀ ਸੀ ਜੋ ਮੀਡੀਆ ਦੇ ਲੋਕਾਂ ਨੂੰ ਪੱਤਰਕਾਰਾਂ ਨੂੰ ਧਮਕੀਆਂ ਦਿੰਦਾ ਸੀ ਅਤੇ ਲੀਗਲ ਨੋਟਿਸ ਭੇਜਣ ਦੀ ਅਕਸਰ ਹੀ ਧਮਕੀ ਦਿੰਦਾ ਸੀ, ਖਾਸ ਕਰ ਉਦੋਂ ਜਦੋਂ ਵੀ ਮੀਡੀਆ ਬਾਦਲ ਦਲ ਜਾਂ ਫਿਰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਅਹੁਦੇਦਾਰਾਂ ਦੇ ਖਿਲਾਫ ਕੋਈ ਵੀ ਗੈਰ ਸਿੱਖੀ ਸਿਧਾਂਤਾਂ ਵਾਲੀ ਐਕਟੀਵਿਟੀ ਜਾਂ ਫਿਰ ਮਨਮਤ ਜਾਂ ਫਿਰ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਵਾਲੇ ਮੁੱਦਿਆਂ ਨੂੰ ਚੁੱਕਦਾ ਸੀ ਤਾਂ ਦਿੱਲੀ ਕਮੇਟੀ ਦੇ ਲੀਗਲ ਸੈੱਲ ਦੇ ਵੱਲੋਂ ਉਸਨੂੰ ਧਮਕੀਆਂ ਦਵਾਉਂਦਾ ਸੀ। ਤੇ ਉਧਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਸਤੀਫਾ ਦੇ ਚੁੱਕੇ ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਦੇ ਦਫ਼ਤਰ ਦੇ ਬਾਹਰ ਲੱਗੀ ਉਹਨਾਂ ਦੇ ਨਾਂ ਦੀ ਤਖ਼ਤੀ ਦਿੱਲੀ ਦੇ ਕੁਝ ਨੌਜਵਾਨਾਂ ਨੇ ਲਾ ਦਿੱਤੀ ਹੈ ਅਤੇ ਕਮੇਟੀ ਮੈਂਬਰ ਵਿਕਰਮ ਸਿੰਘ ਨੂੰ ਸੌਂਪ ਦਿੱਤੀ। ਦਰਅਸਲ ਸੰਗਤ ਰੂਪ ਦੇ ਵਿੱਚ ਇਕੱਠੇ ਹੋਏ ਇਹਨਾਂ ਨੌਜਵਾਨਾਂ ਦੇ ਵਿੱਚੋਂ ਹਰਮਿੰਦਰ ਸਿੰਘ ਆਲੂਵਾਲੀਆ ਨੇ ਦੱਸਿਆ ਹੈ ਕਿ ਉਹ ਕਮੇਟੀ ਦੇ ਕਾਰਜਕਾਰੀ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਅਤੇ ਅਵਤਾਰ ਸਿੰਘ ਹਿੱਤ ਨੂੰ ਮਿਲਣ ਗਏ ਅਤੇ ਉਹਨਾਂ ਕਮੇਟੀ ਦੇ ਬਾਲਾ ਸਾਹਿਬ ਗੁਰਦੁਆਰੇ ਅਤੇ ਭ੍ਰਿਸ਼ਟਾਚਾਰ ਦੇ ਮੁੱਦੇ ਇਹਨਾਂ ਦੋਵਾਂ ਆਗੂਆਂ ਕੋਲ ਚੁੱਕੇ ਸਨ। ਉਹਨਾਂ ਦੱਸਿਆ ਕਿ ਜਿਵੇਂ ਹੀ ਕਮੇਟੀ ਦੇ ਜਨਰਲ ਸਕੱਤਰ ਖਿਲਾਫ ਭ੍ਰਿਸ਼ਟਾਚਾਰ ਦੇ ਮਾਮਲੇ ਸਾਹਮਣੇ ਆਏ ਤਾਂ ਉਸਦੇ ਦਫ਼ਤਰ ਅੱਗੇ ਲੱਗੀ ਨਾਂ ਦੀ ਤਖ਼ਤੀ ਲਾ ਦਿੱਤੀ ਗਈ ਸੀ ਤਾਂ ਉਵੇਂ ਹੀ ਜੀਕੇ ਦੀ ਤਖ਼ਤੀ ਲਾਉਣ ਦੀ ਮੰਗ ਕਮੇਟੀ ਅਹੁਦੇਦਾਰਾਂ ਤੋਂ ਕੀਤੀ ਗਈ। ਹਰਮਿੰਦਰ ਸਿੰਘ ਨੇ ਦੱਸਿਆ ਕਿ ਤਖ਼ਤੀ ਲਾਉਣ ਬਾਰੇ ਦੋਵਾਂ ਆਗੂਆਂ ਨੇ ਖੁਦ ਅਸਮਰਥਤਾ ਪ੍ਰਗਟ ਕੀਤੀ ਸੀ ਅਤੇ ਕਿਹਾ ਕਿ ਸੰਗਤ ਨੇ ਮੈਂਬਰਾਂ ਨੂੰ ਜਿਤਾਇਆ ਹੈ। ਆਲੂਵਾਲੀ ਨੇ ਦੱਸਿਆ ਕਿ ਸੰਗਤ ਰੂਪ ਦੇ ਵਿੱਚ ਆਏ ਨੌਜਵਾਨਾਂ ਨੇ ਨਾਂ ਵਾਲੀ ਤਖ਼ਤੀ ਲਾ ਦਿੱਤੀ। ਮੈਂਬਰਾਂ ਨੇ ਜੀਕੇ ਅਤੇ ਹੋਰਨਾਂ ਨਾਲ ਜੁੜਿਆ ਮਾਮਲਾ ਅਦਾਲਤ ਵਿੱਚ ਹੋਣ ਦਾ ਹਵਾਲਾ ਦਿੱਤਾ। ਇਹਨਾਂ ਨੌਜਵਾਨਾਂ ਦੀ ਕਮੇਟੀ ਦੇ ਮੈਂਬਰਾਂ ਵਿਕਰਮ ਸਿੰਘ ਅਤੇ ਚਮਨ ਸਿੰਘ ਦੇ ਨਾਲ ਤਖ਼ਤੀ ਲਾਉਣ ਨੂੰ ਲੈ ਕੇ ਬਹਿਸ ਵੀ ਹੋਈ। ਉਧਰ ਕਮੇਟੀ ਦੇ ਮੈਂਬਰਾਂ ਰਣਜੀਤ ਕੌਰ ਅਤੇ ਰਮਿੰਦਰ ਸਿੰਘ ਸਵੀਟਾ ਨੇ ਤਖ਼ਤੀ ਲਾਹੇ ਜਾਣ ਦੀ ਨਿੰਦਾ ਕੀਤੀ ਹੈ। ਰਣਜੀਤ ਕੌਰ ਨੇ ਕਿਹਾ ਹੈ ਕਿ ਕਿਸੇ ਨੂੰ ਤਖ਼ਤੀ ਲਾਉਣ ਦਾ ਕੋਈ ਹੱਕ ਨਹੀਂ ਹੈ। ਮੈਂਬਰ ਸਵੀਟਾ ਨੇ ਕਿਹਾ ਹੈ ਕਿ ਅਗਲੀ ਚੋਣ ਤੱਕ ਕੋਈ ਅਜਿਹਾ ਨਹੀਂ ਕਰ ਸਕਦਾ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।